ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਹੈਡਲੋਕਾਂ ਬਾਰੇ ਗੱਲ ਕਰਾਂਗੇ। ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਸਾਹਮਣੇ ਇਹ ਹੈਡਲੋਕ ਆ, ਅਤੇ ਇਹਨਾਂ ਬਾਰੇ ਆਪਾਂ ਅੱਜ ਗੱਲਬਾਤ ਕਰਨੀ ਆ ਵੀ ਇਹਨਾਂ ਦਾ ਕੀ ਫਾਇਦਾ ਹੁੰਦਾ ਅਤੇ ਕਿੱਥੋਂ ਲੈ ਕੇ ਆਏ ਹਾਂ ਅਤੇ ਕੀ ਹਿਸਾਬ ਕਿਤਾਬ ਪੈਂਦੇ ਆ। ਇਹ ਜਿਵੇਂ ਕਿ ਬਈ ਆਹ ਗਾਵਾਂ ਆਪਣੀਆਂ ਦੇਖ ਰਹੇ ਹੋ ਤੁਸੀਂ, ਆਹ ਤਿੰਨ ਗਾਵਾਂ ਇਹਨਾਂ ਦੇ ਵਿੱਚ ਖੜੀਆਂ, ਇੱਥੋਂ ਦੀ ਇਹ ਪੱਠੇ ਖਾ ਰਹੀਆਂ, ਅਤੇ ਇਹਨਾਂ ਦੇ ਗਲ ਲੋਕ ਆ। ਆਹ ਤੁਸੀਂ ਦੇਖ ਸਕਦੇ ਹੋ ਜਿਹੜੀ ਆਹ ਪੱਤੀ ਆ ਇਹਦੇ ਵਿੱਚ ਚੜ ਜਾਂਦੀ ਆ, ਅਤੇ ਇਹਨਾਂ ਦੇ ਗਲ ਲੋਕ ਆ, ਯਾਨੀ ਕਿ ਇਹ ਬਈ ਖੁੱਲ੍ਹ ਨਹੀਂ ਸਕਦੀਆਂ। ਇੱਕ ਤਰ੍ਹਾਂ ਦੀਆਂ ਆਪਾਂ ਬੰਨ ਤਕਾਂ, ਇਹ ਪਿੱਛੇ ਨੂੰ ਹਟਣੀਆਂ ਤਾਂ ਇਹਨਾਂ ਤੋਂ ਬਾਹਰ ਨਹੀਂ ਨਿਕਲਿਆ ਜਾਣਾ। ਇਹਨਾਂ ਦੇ ਗਲ ਲੋਕ ਆ, ਇਹ ਜਦੋਂ ਆਪਾਂ ਕੱਢਣੀਆਂ ਉਦੋਂ ਆਪਾਂ ਜਿਹੜੀ ਆਹ ਚੀਜ਼ ਆ, ਆਹ ਪੱਤੀ ਆ ਜਿਹੜੀ ਆਹ ਚੀਜ਼ ਆ, ਇਹਨੂੰ ਆਪਾਂ ਥੱਲੇ ਨੂੰ ਕਰ ਦਾਂਗੇ। ਉਹ ਇੱਥੋਂ ਹੋਜੂ ਜਿਹੜਾ ਗੇਰ ਜਾ, ਇਹਨੂੰ ਇਸ ਲੋਟ ਉੱਪਰ ਨੂੰ ਚੱਕ ਕੇ ਐਂ ਖੁੱਲ੍ਹ ਜੂ, ਇਹ ਇਸ ਤਰ੍ਹਾਂ ਖੁੱਲ੍ਹ ਜਾਂਦੀ ਹੈ, ਅਤੇ ਫਿਰ ਉੱਧਰੋਂ ਗਾਵਾਂ ਖੁੱਲ੍ਹ ਜਾਂਦੀਆਂ। ਇਹਨਾਂ ਦਾ ਫਾਇਦਾ ਹੈਗਾ ਗਾ ਵੀ ਕੱਲ੍ਹ ਨੂੰ ਜਿਵੇਂ ਹੁਣ ਆਪਣਾ ਫਾਰਮ ਆ, ਆਪਣੀਆਂ ਗਾਵਾਂ ਖੁੱਲ੍ਹੀਆਂ ਗੀਆਂ, ਅਤੇ ਵੀ ਖੁੱਲ੍ਹੇ ਵੇ ਪਸ਼ੂਆਂ ਨੂੰ ਬੰਨਣਾ ਕਰਨਾ ਬਹੁਤ ਔਖਾ। ਜਦੋਂ ਬੰਨਣਾ ਹੁੰਦਾ ਫਿਰ ਨਹੀਂ ਤਾਂ ਭੱਜ ਦੌੜ ਵਾਹਲੀ ਕਰਨੀ ਪੈਂਦੀ, ਇਹ ਭੱਜਦੀਆਂ ਗੀਆਂ ਰੱਸੇ ਪਾ ਕੇ ਫਿਰ ਉੱਥੇ ਬੰਨਣੀਆਂ ਪੈਂਦੀਆਂ। ਪਰ ਇਹਦੇ ਨਾਲ ਕੀ ਆ ਵੀ ਗਾਵਾਂ ਨੂੰ ਆਪਾਂ ਨਾ ਬੰਨ ਸਕਦੇ ਹਾਂ ਇੱਕ ਥਾਂ, ਵੀ ਇੱਕ ਤਰ੍ਹਾਂ ਦੇ ਜਿਵੇਂ ਆਪਾਂ ਕਹਿ ਦਈਏ ਵੀ ਮੈਂ ਇਹਨਾਂ ਦੇ ਹੁਣ ਆਪਣੇ ਇੱਧਰ ਲੱਗੇ ਨਹੀਂ, ਜਦੋਂ ਇਹਨਾਂ ਦੇ ਕੋਈ ਵੈਕਸੀਨ ਲਵਾਉਣੀ ਹੈ ਜਾਂ ਟੀਕਾ ਲਵਾਉਣਾ ਤਾਂ ਬਹੁਤ ਔਖਾ ਹੋ ਜਾਂਦਾ ਇਹਨਾਂ ਨੂੰ ਫੜਨਾ। ਨਾ ਤਾਂ ਇਹ ਉਦੋਂ ਫੜੀਆਂ ਜਾਂਦੀਆਂ ਸਾਰੀਆਂ ਭੱਜਣ ਲੱਗ ਜਾਂਦੀਆਂ, ਅਸੀਂ ਦੋ ਤਿੰਨ ਜਣੇ ਰਲ ਕੇ ਫਿਰ ਘੇਰ ਘੁਰ ਕੇ ਫਿਰ ਫੜਦੇ ਹਾਂ ਇਹਨਾਂ ਨੂੰ। ਅਤੇ ਹੁਣ ਇਹਨਾਂ ਨੂੰ ਜਿਵੇਂ ਪੱਠੇ ਖਾਂਦੀਆਂ, ਇੱਥੇ ਆਪਾਂ ਧਾਰ ਕੱਢਣੀ ਆ, ਚਵਾਈ ਕਰਨੀ ਆ, ਆਪਾਂ ਚਵਾਈ ਵੇਲੇ ਇੱਥੇ ਇਹਨਾਂ ਦੇ ਗਲ ਲੋਕ ਕਰ ਦਾਂਗੇ, ਅਤੇ ਰਾਵਣਾ ਆਪਾਂ ਪਿੱਛੇ ਦੀ ਚਵਾਈ ਕਰੀ ਜਾਵਾਂਗੇ, ਇਹਨਾਂ ਨੇ ਹਿੱਲਣਾ ਨਹੀਂ। ਜਿਵੇਂ ਇੱਧਰ ਇਹਨਾਂ ਦੇ ਮੈਂ ਖੋਲ੍ਹ ਅਤੇ ਲੋਕ, ਇਹ ਸਾਰੀਆਂ ਹੁਣ ਭੱਜੀਆਂ ਫਿਰਦੀਆਂ ਗੀਆਂ। ਜਦੋਂ ਕੋਈ ਟੀਕਾ ਲਾਉਣਾ ਤਾਂ ਲੋਕ ਲਾ ਦੀ ਦੀ ਆ, ਜੇ ਕੋਈ ਟੀਕਾ ਭਰਨਾ ਤਾਂ ਵੀ ਇਹ ਹਿੱਲ ਜੁੱਲ ਨਾ ਕਰਨ, ਇੱਕ ਥਾਂ ਖੜੀਆਂ ਰਹਿਣ। ਤੁਹਾਨੂੰ ਵੀ ਪਤਾ ਵੀ ਫੜਦੀਆਂ ਗਾਵਾਂ ਔਖੀਆਂ ਹੋ ਜਾਂਦੀਆਂ। ਇੱਕ ਕੰਮ ਇਹਨਾਂ ਦਾ ਇਹ ਆ, ਅਤੇ ਇੱਕ ਕੰਮ ਹੈਗਾ ਜੇ ਕਿਸੇ ਭਰਾ ਨੇ ਮੰਨ ਲਓ ਆਪਾਂ ਇੱਧਰ ਪੱਠੇ ਰਲਾ ਰਹੇ ਹਾਂ ਖੁਰਨੀ ਦੇ ਵਿੱਚ, ਅਤੇ ਪਸ਼ੂਆਂ ਨੂੰ ਆਦਤ ਹੁੰਦੀ ਹੈ ਜਿੱਦਾਂ ਪੱਠੇ ਰਲਾਉਣੇ, ਵਿੱਚ ਮੂਹੇ ਮਾਰੀ ਜਾਣਗੇ, ਵਿੱਚ ਡਿੱਕਾ ਜਿਹਾ ਲਾਈ ਜਾਣਗੇ, ਤਾਂ ਉਦੋਂ ਵੀ ਆਪਾਂ ਇੱਥੇ ਲੋਕ ਲਗਾ ਕੇ ਵੀ ਇਹਨਾਂ ਦਾ ਜਿਹੜਾ ਗਲ ਆ ਉਹ ਅੰਦਰ ਨਾ ਆਵੇ, ਅੰਦਰ ਨਾ ਆ ਸਕੇ ਇਹਨਾਂ ਦਾ ਮੂੰਹ। ਅਤੇ ਜਦੋਂ ਆਪਾਂ ਇੱਥੇ ਲੋਕ ਕਰਤੇ ਇਹ, ਜਿਵੇਂ ਆਪਾਂ ਆਹ ਗੇਅਰ ਆ ਜਿਹੜਾ ਇਹਨੂੰ ਐਸਲੋਡ ਕਰ ਦਾਂਗੇ, ਅਤੇ ਇਹਨੂੰ ਪੱਤੀ ਨੂੰ ਇੱਥੇ ਕਰ ਦਾਂਗੇ, ਆਹ ਦੇਖ ਸਕਦੇ ਹੋ ਤੁਸੀਂ, ਇਹਦੇ ਵਿੱਚ ਗਲ ਲੋਕ ਹੋ ਜਾਂਦਾ, ਇਹ ਫਿਰ ਨਾ ਇੱਧਰ ਆ ਕੇ ਖਾ ਨਹੀਂ ਸਕਦੇ। ਅਤੇ ਇੱਥੇ ਆਪਾਂ ਆਰਾਮ ਨਾਲ ਪੱਠੇ ਲਗਾ ਕੇ ਇਹਨੂੰ ਖੋਲ੍ਹ ਸਕਦੇ ਹਾਂ, ਆਹ ਦੇਖੋ ਹੁਣ ਖੁੱਲ੍ਹ ਗਿਆ। ਇਹਦੇ ਨਾਲ ਇਹਨਾਂ ਦਾ ਕੰਮ ਬਹੁਤ ਸੁਖਾਲਾ ਹੋ ਜਾਂਦਾ। ਜੇ ਆਪਾਂ ਸੋਚਦੇ ਹਾਂ ਵੀ ਆਪਾਂ ਗਲ ਦੇ ਵਿੱਚ ਇਹਨਾਂ ਦੇ ਰੱਸੀਆਂ ਪਾ ਕੇ ਥੋੜ੍ਹੀਆਂ ਜਿਹੀਆਂ ਰੱਸੀਆਂ ਲਮਕਾ ਦਈਏ, ਉਹ ਵੀ ਬੰਨਣਾ ਕਰਨਾ ਬਹੁਤ ਔਖਾ। ਇੱਥੇ ਹੁਣ ਸਾਰੀਆਂ ਇਕੱਠੀਆਂ ਤਾਂ ਲੋਕ ਕਰ ਦਿੰਦੇ ਹਾਂ, ਅਤੇ ਇਕੱਠੀਆਂ ਹੀ ਅਨਲੋਕ ਕਰ ਦਿੰਦੇ ਹਾਂ, ਉਹੀ ਟਾਈਮ ਬਚ ਜਾਂਦਾ। ਇਹ ਹੁਣ ਮੈਂ ਤੁਹਾਨੂੰ ਦੱਸਦਾ ਬਈ ਆਪਾਂ ਬਣਾਏ ਸੀਗੇ ਇਹ ਬਾਗੇ ਪੁਰਾਣੇ ਤੋਂ। ਤੁਸੀਂ ਨਾ ਜਿਵੇਂ ਤੁਹਾਡਾ ਸੈੱਡ ਆ ਕੋਈ ਵੀ, ਤੁਸੀਂ ਦੱਸ ਕੇ ਅਗਲੇ ਨੂੰ ਵੀ ਸਾਡਾ ਇੰਨਾ ਲੰਮੀ ਖੁਰਨੀ ਆ ਵੀ ਸਾਨੂੰ ਇੰਨੇ ਲੰਮੇ ਚਾਹੀਦੇ ਆ, ਉਹ ਤੁਹਾਨੂੰ ਬਣਾ ਦੇਣਗੇ। ਆਪਣਾ ਜਿਵੇਂ ਇਹ 80 ਫੁੱਟ ਆ, ਇਹ 20-20 ਫੁੱਟ ਦੇ ਪੀਸ ਆਏ ਸੀ, ਜਿਵੇਂ ਹੁਣ 20 ਫੁੱਟ ਦੇ ਆ, ਜਿਵੇਂ ਇੱਥੋਂ ਤੱਕ 20 ਫੁੱਟ ਆ ਇੱਥੋਂ ਤੱਕ ਇਹ, ਅਤੇ ਇੱਥੇ ਆਪਾਂ ਆਪਦੇ ਕੋਲੋਂ 3 ਇੰਚੀ ਵਾਲਾ ਪੈਪ ਲਾ ਤਾ, ਇੱਥੇ ਵਿੱਚ ਭਰਾ ਲਾਉਂਦੇ ਨਹੀਂ, ਇੱਥੋਂ ਐਂ ਸਿੱਧੇ ਹੀ ਜੋੜ ਪਾ ਦਿੰਦੇ ਆ, ਉਹਦੇ ਨਾਲ ਇਹਦੀ ਮਜ਼ਬੂਤੀ ਨਹੀਂ ਰਹਿੰਦੀ, ਪੱਟਾਂ ਦਾ ਡਰ ਰਹਿੰਦਾ ਗਾ। ਅਤੇ ਆਪਾਂ ਇੱਥੇ ਵਿਚਾਲੇ 3 ਇੰਚੀ ਦੇ ਪੈਪ ਪਾਏ ਹੋਏ ਹਰ ਇੱਕ 20 ਫੁੱਟ 'ਤੇ, ਕਿਉਂਕਿ ਇਹ 20-20 ਫੁੱਟ ਦੇ ਹੀ ਮੇਚੇ 'ਚ ਆਉਂਦੇ ਆ ਆਪਣੇ ਕੋਲ, ਕਿਉਂਕਿ ਲੰਮੇ ਤਾਂ ਫਿਰ ਜ਼ਿਆਦਾ ਲਿਆਉਣੇ ਵੀ ਔਖੇ ਆ, ਬਾਕੀ ਲਾਉਣੇ ਵੀ ਔਖੇ ਆ। ਅਤੇ ਇਹਦੇ ਵਿਚਾਲੇ 3 ਇੰਚੀ ਦਾ ਪੈਪ ਤੁਸੀਂ ਜ਼ਰੂਰ ਪਾਇਓ ਜਿਹਨੇ ਪੁਰਾਣੇ ਲਾਉਣੇ ਆ, ਫਿਰ ਹੀ ਮਜ਼ਬੂਤੀ ਬਣੂ, ਨਹੀਂ ਇਹ ਪੱਟ ਦੇਣਗੀ ਆ। ਇਹ ਬਈ ਆਪਾਂ ਨੂੰ 80 ਫੁੱਟ 'ਚ ਪਏ ਸੀਗੇ ਆਪਾਂ ਨੂੰ ਇਹ 57-58 ਹਜ਼ਾਰ ਦੇ, ਯਾਨੀ ਕਿ ਬਸ ਲਿਆਉਣ 'ਚ 60 ਹਜ਼ਾਰ ਰੁਪਈਏ 'ਚ ਹੀ ਆਪਾਂ ਨੂੰ ਪੈ ਗਏ ਇਹ। ਇਹ ਇੱਕ ਭਰਾਵਾਂ ਉਹਨਾਂ ਲਈ ਵੀ ਗੱਲ ਵੀ ਜਿਹੜੇ ਭਰਾਵਾਂ ਨੇ ਚਵਾਈ ਮੰਨ ਲਓ ਇੱਥੇ ਕਰਨੀ ਆ ਆਹ ਖੁਰਨੀ 'ਤੇ ਖੜਾ ਕੇ ਗਾਵਾਂ ਨੂੰ, ਤਾਂ ਜਿਹੜਾ ਉਹ ਆਹ ਸਨ ਆ ਇਸ ਪੈਪ ਤੋਂ ਲੈ ਕੇ ਇਸ ਪੈਪ ਤੱਕ ਸਨ ਆ 2.5 ਫੁੱਟ ਦਾ ਰੱਖੋ, ਵਿੱਚ ਭਰਾ 2 ਫੁੱਟ ਦਾ ਵੀ ਰਖਾ ਲੈਂਦੇ ਆ, ਚਲੋ 2 ਫੁੱਟ 'ਤੇ ਵੀ ਗਾਵਾਂ ਤਾਂ ਖੜ ਜਾਂਦੀਆਂ। ਜਦੋਂ ਆਪਾਂ ਇੱਥੇ ਚਵਾਈ ਕਰਨੀ ਹੁੰਦੀ ਆ ਫਿਰ ਗਾਵਾਂ ਨਾਲ ਨਾਲ ਜ਼ਿਆਦਾ ਵਾਲਾ ਖੜਦੀਆਂ, ਢਿੱਡ ਨਾਲ ਢਿੱਡ ਭਿੜੀ ਜਾਂਦੇ ਆ, 2.5 ਫੁੱਟ 'ਤੇ ਵੀ ਕੋਈ ਜ਼ਿਆਦਾ ਥਾਂ ਨਹੀਂ ਬਚਦਾ ਜੇ ਨਾਲ ਨਾਲ ਗਾਵਾਂ ਖੜੀਆਂ ਧਾਰ ਕੱਢਣ ਨੂੰ, ਅਤੇ ਢਿੱਡ ਨਾਲ ਢਿੱਡ ਭਿੜੀ ਜਾਂਦੇ ਇਹਨਾਂ ਦੇ, 2 ਫੁੱਟ ਨਾ ਤੁਸੀਂ ਰਖਾਇਓ, 2.5 ਫੁੱਟ ਦਾ ਥਾਂ ਰਖਾਇਓ ਇਹਨਾਂ ਦਾ ਚੌੜਾ, ਜਿਵੇਂ ਉਹ ਪੈਪ ਤੋਂ ਲੈ ਕੇ ਉਹ ਪੈਪ ਤੱਕ।
इन्ना थां इहदा 2.5 फुट होना चाहीदा। तो यह आप लाए तो बई 5 इंच कंध च ही आ, कोई ज़्यादा कंध चौड़ी नहीं की, आप 5 इंच कंध च ही लाए आ। बाकी इन्हों के आप जोड़े आ लाए मजबूती लिए इन दे बजरी बुजरी भी भरती है, आप भी होर मजबूत हो जू काम। तो मटीरियल वधिया पायो क्योंकि ये 5 इंच कंध च ही लप्पा लाए आ, तो मटीरियल वधिया पाया बजरी बुजरी नप्पे आ पूरे भी तां जिहड़ा हिलना सकण, क्योंकि भाई जदों लॉक ला देंगे कई बार कोई इंजैक्शन लाउणा गां नूं पता लग गया उदों गां जोर जो बहुत मारूगी ते उदों पट्टण दा भी डर हुंदा। पर एक ना भाई जिहड़ी तुसीं कंध आ जिहड़ी आह कंध आ जिहदे उत्ते लगे पिया इह 5 इंची कंध, ये अंदर वाले पास्यों अपने शेर दे ही लाए हुए आ। अंदर वाले पास्यों जिते गावां दे पैर आ ते इह शेर दियां दी कंध आ, जिवें एक इट फिर इहदे बाद दूजी फिर तीजी छे लाए हुए। और लाउण दा की कारण आ भाई, वो सानू उत्थों ही दस्सिया सी बंदे जिथों बनवाए आ, वह कहिंदा भाई शेर दे दी कंध लाओ इन्नी उच्ची ना करो, कहिंदा भी कई बार कोई रात नूं लॉक लग्गे रहि जे भी गां नूं कोई खतरा नहीं हुंदा इहदे नाल, भी गां नूं कोई तकलीफ नहीं आउणी, भी गां अपनी मरदी नहीं, कोई नुकसान नहीं होना अपना। जिहड़ा कहिंदा भी उह इहदे उच्चे ला लैंदे आ कई वार रात नूं लॉक लुक लग्गे रहि जांदा ते गां कई वार सट फेट लगन दा जां डैथ होण दा खतरा हो जांदा, ते जे आपां शेर दे लाया इहदे नाल आपां नूं कोई रात नूं लॉक भी लग्गे रहि जू कोई वड्डी गल नहीं। ते बस यही गल सी लोकां बारे, तां कोई खास है नहीं सी, विच भराने कमेंट कीता सी, मैं चलो वीडियो बना दे, हुणी धारां कढ के हटे सीगे सुबह दा टाइम आ। ते ज़्यादा तो ज़्यादा अपनी वीडियो नूं शेयर करो, होर भी तुहाडे लई अगे तो लैके वीडियो हाजिर होवांगे। वीडियो देखने लई सारे भरावां दा धन्नवाद।